ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ ਅੱਜ ਬੜਾ ਸਪੈਸ਼ਲ ਦਿਨ ਔਰ ਅੱਜ ਇਸ ਸਪੈਸ਼ਲ ਦਿਨ ਦੇ ਹਵਾਲੇ ਨਾਲ ਅਸੀਂ ਇੱਕ ਸਪੈਸ਼ਲ ਪ੍ਰੋਗਰਾਮ ਕਰਨ ਜਾ ਰਹੇ ਹਾਂ ਕਹਿੰਦੇ ਨੇ ਜਦੋਂ ਕੁਦਰਤੀ ਆਫਾਤ ਆ ਪੈਂਦੀਆਂ ਨੇ ਤੇ ਕਦੀ ਵੀ ਘਬਰਾਣਾ ਨਹੀਂ ਚਾਹੀਦਾ ਬਲਕਿ ਹਿਊਮਨਲੀ ਪੋਸੀਬਲ ਜਿੰਨੀਆਂ ਤੁਹਾਡੀਆਂ ਸਲਾਹੀਤਾਂ ਨੇ ਉਹਨਾਂ ਨੂੰ ਬਰੋਇਕਾਰ ਲਿਆਂਦੇ ਆਏ ਆ ਇਸਤੇਮਾਲ ਕਰਦੇ ਆਏ ਆ ਉਸ ਆਫਤ ਨੂੰ ਨਿਪਟਣ ਵਾਸਤੇ ਤਿਆਰੀ ਵੀ ਕਰਨੀ ਚਾਹੀਦੀ ਹੈ ਔਰ ਇਹਦੇ ਨਾਲ ਨਾਲ ਕੋਸ਼ਿਸ਼ ਇਹ ਕਰਨੀ ਚਾਹੀਦੀ ਹੈ ਕਿ असी डर के खौफ न छुप ना जाइए बल्कि इनू खत्म कर वास्ते इन ओवरकम करन वास्ते अपनी एक्टिविटीज़ बढ़ा है। पिछले साल मैं समझदा वहां पाकिस्तान और बिलखसूस पंजाब दे और बिलखसूस लाहौर के बड़ा बुरा साल से इस हवाले न कि फर्स्ट टाइम डेंगी एक इन्नी वी आफत के तौर पर साढ़े वास्ते इम्तिहान बन के आया ਕੀ ਕਿਸ ਨੂੰ ਕੋਈ ਸਮਝ ਨਹੀਂ ਸੀ ਲੱਗ ਰਹੀ। ਔਰ ਸਰਕਾਰੀ ਸਤਾ ਤੇ শ্রীলੰਕਨ ਟੀਮ ਆਈ। ਬਾਕਾਇਦਾ ਐਕਸਪਰਟਸ ਦੀ ਟੀਮ ਆਈ। ਦੂਸਰੇ ਮੁਮਾਲਕ ਤੋਂ ਐਕਸਪਰਟਸ ਦੀ ਟੀਮ ਨੂੰ ਬੁਲਾਇਆ ਗਿਆ ਤਾਂ ਕਿ ਅਸੀਂ ਇਸ ਬਿਮਾਰੀ ਨੂੰ ਨਿਪਟਣ ਵਾਸਤੇ ਕੋਸ਼ਿਸ਼ਾਂ ਕਰੀਏ। ਕਿਉਂ? শ্রীলੰਕਾ ਦੇ ਵਿੱਚ ਇਹ ਬਿਮਾਰੀ 60 ਤੋਂ ਪਹਿਲਾਂ ਆ ਗਈ। ਔਰ ਅਸੀਂ ਜਾਣਨਾ ਚਾਹੁੰਦੇ ਹਾਂ ਕਿ ਇਹ ਉਹਨਾਂ ਨੇ ਆਪਣੇ ਮੁਲਕ ਦੇ ਵਿੱਚ ਇਹਦੀ ਰੈਡੀਕੇਸ਼ਨ ਵਾਸਤੇ, ਇਹਦੀ ਬੈਟਰ ਮੈਨੇਜਮੈਂਟ ਵਾਸਤੇ ਕੀ ਕੀ ਮੀਅਰਜ਼ ਅਡਾਪਟ ਕੀਤੇ। ਮਨੂੰ ਯਾਦ ਹੈ ਕਿ ਮੈਂ ਪਾਕਿਸਤਾਨ ਚ ਰਹਿੰਦੇ ਐਗਰੀਕਲਚਰ ਦਾ ਇੱਕ ਤਫਲੀ ਮਖਤਬ ਮੇਰੇ ਜ਼ਿੰਦਗੀ ਦੀ ਗੱਲ ਕਿ ਪਾਕਿਸਤਾਨ ਦੇ ਵਿੱਚ ਵੀ ਬੜੇ ਬੜੇ ਐਕਸਪਰਟ ਲੋਕ ਮੌਜੂਦ ਨੇ ਅੱਜ ਦੁਨੀਆ ਦੇ ਵਿੱਚ ਡਾਕਟਰਸ ਦੇ ਹਵਾਲੇ ਨਾਲ ਗੱਲ ਕੀਤੀ ਜਾਏ ਤੇ ਅਲਹਮਦੁਲਿਲਾ ਸਾਡੇ ਕੋਲ ਜਿਹੜੇ ਸਪੈਸ਼ਲਾਈਜ਼ ਲੋਕ ਮੌਜੂਦ ਨੇ ਸਪੈਸ਼ਲਿਸਟ ਲੋਕ ਮੌਜੂਦ ਨੇ ਪੂਰੀ ਦੁਨੀਆ ਤੇ ਇਹਨਾਂ ਦਾ ਬੜਾ ਇhtਰਾਮ ਹੈ ਉਹਨਾਂ ਦੀ ਕਾਬਲੀਅਤ ਕਾਬਲੀਅਤ ਦਾ ਬਾਕਾਦਤ ਤੇ ਇਤਰਾਫ ਕੀਤਾ ਜਾਂਦਾ ਹੈ ਮੈਂ ਕਿਹਾ ਕਿ ਅਸੀਂ ਸਾਡੇ ਚੁਕ ਐਗਰੀਕਲਚਰਲ ਕੰਟਰੀ ਆ ਔਰ ਐਗਰੀਕਲਚਰ ਸੈਕਟਰ ਚ ਸਾਡੀ ਪlant protection ਮਾਇਸ ਦੇ ਹਵਾਲੇ ਨਾਲ ਵੇਖਿਆ ਜਾਏ ਤੇ ਤਮਾਮ ਐਕਸਪਰਟੀਜ਼ ਮੌਜੂਦ ਸਨ ਮੈਂ ਕਿਹਾ ਜੀ ਅਸੀਂ ਅਗਰੇ ਸਟੀਮ ਦੇ ਵਿੱਚ ਇਨਟੋਮੋਲੋਜਿਸ ਮੌਜੂਦ ਨੇ ਤੇ ਕਿਉਂ ਨਹੀਂ ਅਸੀਂ ਪਾਕਿਸਤਾਨ ਦੇ ਇਨਟੋਮੋਲੋਜਿਸ ਨੂੰ ਕਾਲ ਆਨ ਕਰਦੇ ਆਨ ਬੋਰਡ ਲੈਂਦੇ ਕਿ ਇਹਨਾਂ ਲੋਕਾਂ ਨੂੰ ਪੁੱਛਿਆ ਜਾਏ ਕੈਪਟਨ ਆਰਫ ਨਦੀਮ ਸਾਹਿਬ ਸੈਕਟਰੀ ਐਗਰੀਕਲਚਰ ਸਨ ਉਹਨਾਂ ਨੂੰ ਗੱਲ ਸਮਝਾਈ ਚੀਫ ਮਿਨਿਸਟਰ ਪੰਜਾਬ ਨੂੰ ਗੱਲ ਸਮਝਾਈ ਫਿਰ ਬਾਕਾਇਦਾ ਤੌਰ ਤੇ ਯੂਨੀਵਰਸਿਟੀ ਐਗਰੀਕਲਚਰ ਫੈਸਲਾਬਾਦ ਦੇ ਪ੍ਰੋਫੈਸਰ ਡਾਕਟਰ ਅਸ਼ਫਾਕ ਸਾਹਿਬ ਪ੍ਰੋਫੈਸਰ ਡਾਕਟਰ ਰਾਣਾ ਅਸ਼ਫਾਕ ਸਾਹਿਬ ਜਿਹੜੇ ਕਿ ਡੀਨ ਨੇ ਐਂਟੋਮੋਲੋਜਿਸਟ ਨੇ ਉਹਨਾਂ ਨੂੰ ਪੂਰੀ ਟੀਮ ਦੇ ਨਾਲ ਬੁਲਾਇਆ ਗਿਆ ਔਰ ਹੈਲਥ ਡਿਪਾਰਟਮੈਂਟ ਦੇ ਨਾਲ ਮਿਲ ਕੇ ਔਰ ਫਿਰ ਡਿਫਰੈਂਟ ਡਿਪਾਰਟਮੈਂਟ ਦੀ ਕੋਲੈਬੋਰੇਸ਼ਨ ਦੇ ਨਾਲ ਇੱਕ ਐਕਟੀਵਿਟੀ ਸਟਾਰਟ ਕੀਤੀ ਗਈ ਲੇਕਿਨ ਕਿਉਂਕਿ ਲੇਟ ਹੋ ਗਏ ਸਾਂ ਹਾਂ ਇੱਕ ਅੱਛੀ ਚੀਜ਼ ਇਹ ਹੋਈ ਜਿੰਨਾ ਵੀ ਕੀਤਾ ਗਿਆ ਕੰਮ ਕੀਤਾ ਗਿਆ ਇਹ ਸਾਲ ਦੀ ਤਿਆਰੀ ਸੀ ਇਹ ਸਾਲ ਹੁਣ ਤੱਕ ਰਾਂ ਪੰਜਾਬ ਦੇ ਵਿੱਚ 50 ਤੋਂ 60 ਲੋਕਾਂ ਦੇ ਵਿੱਚ ਡੇਂਗੀ ਦੀ ਰਿਪੋਰਟਿੰਗ ਹੋ ਚੁੱਕੀ ਹੈ ਪਿਛਲੇ ਸਾਲ 350 ਤੋਂ ਜ਼ਿਆਦਾ ਅੰਬਵਾਦ ਸਨ ਐਸ ਸਾਲ ਸਟੈਟਿਸਟਿਕਸ ਦੱਸ ਦਿਆ ਨੇ ਭਈਆਂ ਕਿ ਹੁਣ ਤੱਕ ਨਾ ਸਿਰਫ 50 ਕੇਸਸ ਸਾਹਮਣੇ ਆਏ ਨੇ ਔਰ 50 ਕੇਸਸ ਦੇ ਵਿੱਚੋਂ ਵੀ ਅਲਹਮਦੁਲਿਲਾ ਲਾਹੌਰ ਦੇ ਵਿੱਚ ਜ਼ਾਹਰ ਜ਼ਿਆਦਾ ਕੇਸਸ ਰਜਿਸਟਰ ਹੋ ਰਹੇ ਨੇ ਅਲਹਮਦੁਲਿਲਾ ਐਸ ਸਾਲ ਕਿਸੇ ਕਿਸਮ ਦੀ ਕੋਈ ਮਾਰਟੈਲਿਟੀ ਨਹੀਂ ਕੋਈ ਖੁਦਾਨਖਾਸ ਤਾਂ ਬਹੁਤ ਵੱਡਾ ਸੀ ਲਾਸ ਨਹੀਂ ਕੀਤਾ ਲੇਕਿਨ ਮੌਸਮ ਐਸਾ ਏ ਬੜੀ ਅਹਿਮ ਚੀਜ਼ ਐ ਸਮਝਣਾ ਕਿ ਜਿਸ ਤਰ੍ਹਾਂ ਇਨਸਾਨ ਨੂੰ ਜ਼ਿੰਦਾ ਰਹਿਣ ਵਾਸਤੇ ਇੱਕ ਖਾਸ ਮਾਹੌਲ ਦੀ ਜ਼ਰੂਰਤ ਐ ਇਸੇ ਤਰ੍ਹਾਂ ਕੀੜੇ ਮਕੋੜਿਆਂ ਨੂੰ ਵੀ ਆਪਣੀ ਅਫਜ਼ਾਇਸ਼ ਨਸਲ ਵਾਸਤੇ ਇੱਕ ਖਾਸ ਮੌਸਮਾ ਦੀ ਜ਼ਰੂਰਤ ਐ ਖਾਸ ਕਿਸਮ ਦੀ ਟੈਂਪਰੇਚਰ ਹਿਮੀਡਿਟੀ ਔਰ ਇਹ ਸਾਰੀਆਂ ਚੀਜ਼ਾਂ ਜਿਹਦੇ ਵਿੱਚ ਐਡਿਸ ਇਜੀਪਟਾਈ ਜਿਹੜੀ ਡੇਂਗੀ ਵਾਇਰਸ ਫਿਲਾਣ ਵਾਲੀ ਮਛਰੀ ਹੈ ਫੀਮੇਲ ਇਹ ਮਖਸੂਸ ਹਾਲਾਤ ਦੇ ਵਿੱਚ ਮਖਸੂਸ ਮੌਸਮੀ ਹਾਲਾਤ ਦੇ ਵਿੱਚ ਅੰਡੇ ਦਿੰਦੀ ਹੈ ਫਿਰ ਕਿੰਨੇ ਦਿਨਾਂ ਚੋਂ ਉਹਦੇ ਲਾਰਵਾ ਬਣਦਾ ਫਿਰ ਅਡਲਟ ਸਟੇਜ ਆਉਂਦੀ ਹੈ ਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਕੰਟਰੋਲ ਕਰਨ ਵਾਸਤੇ ਸਾਨੂੰ ਬਰਵਕਤ ਸਟੈਪਸ ਜਿਹੜੇ ਨੇ ਉਹ ਕਰਨੇ ਪੈਂਦੇ ਨੇ ਬਹਰਾਲ ਖੁਸ਼ੀ ਇਸ ਗੱਲ ਦੀ ਹੈ कि गवर्नमेंट ऑफ पंजाब ने बर वक्त तमाम प्लानिंग्स मुकम्मल कर रही ने वॉक्स हो रहे ने पिछले दो अतवारों तो ए तीसरी एतवार आ गई तो, तो ना जी इस तो पिछलिया दो अतवारों तो, तो तमाम सरकारी दफातर खुले विजिलेंस सेंटर्स बन चुके हैं सर्वलैंस सेंटर्स बन चुके हैं ने, और बड़ी एक खूबसूरत किस्म की असी तैयारी के नाम मौजूद हाँ ताकि असी इस साल किसी बहुत व्डे नुकसान का सामना ना करिए बच सकी लेकिन सारे काम हुकूमत नहीं कर द ਹਕੂਮਤਾਂ ਦਾ ਕੰਮ ਹੈ ਅਵੇਅਰਨੈਸ ਦੇਣਾ ਔਰ ਕਮਿਊਨਿਟੀਆਂ ਨੂੰ ਸੋਸਾਇਟੀ ਨੂੰ ਮੋਬਿਲਾਈਜ਼ ਕਰਨਾ ਅੱਜ ਚੁਕਿ ਯੋਮੇ ਇਨਸਦਾਦੇ ਡੈਂਗੀ ਦੇ ਹਵਾਲੇ ਨਾਲ ਸਪੈਸ਼ਲ ਡੇ ਵੇ ਔਰ ਅੱਜ ਦੇ ਇਸ ਪ੍ਰੋਗਰਾਮ ਚ ਤਸ਼ਰੀਫ ਆਵਰੀ ਵਾਸਤੇ ਮੈਂ ਬਹੁਤ ਸ਼ੁਕਰੀਆ ਅਦਾ ਕਰਾਂਗਾ ਡਾਕਟਰ ਨਿਸਾਰ ਅਹਿਮਦ ਚੀਮਾ ਸਾਹਿਬ ਦਾ ਜਿਹੜੇ ਕਿ ਡਾਇਰੈਕਟਰ ਜਨਰਲ ਹੈਲਥ ਨੇ ਪੰਜਾਬ ਦੇ ਪੁੱਛਾਂਗੇ ਕਿ ਡਾਕਟਰ ਸਾਹਿਬ ਇਸ ਸਾਲ ਡੈਂਗੀ ਦੀ ਇਨਸਦਾਦ ਵਾਸਤੇ ਕੀ ਕੀ ਪਲਾਨਸ ਨੇ ਮੱਛਰ ਮਾਰਨ ਦੇ ਹਵਾਲੇ ਨਾਲ ਵੀ ਫਿਰ ਉਸ ਤੋਂ ਬਾਅਦ ਖੁਦਾ ਨਾ ਖਾਸਤਾ ਅਗਰ ਡਿਟੈਕਸ਼ਨ ਹੋ ਜਾਂਦੀ ਹੈ ਅਗਰ ਪੇਸ਼ੈਂਟ ਜਿਹੜਾ ਹੈ ਉਹ ਡੇਂਗੀ ਦੇ ਨਾਲ ਇਨਫੈਕਟਡ ਹੋ ਜਾਂਦਾ ਹੈ ਤੇ ਉਹਦੀ ਮੈਨੇਜਮੈਂਟ ਦੇ ਹਵਾਲੇ ਨਾਲ ਹਸਪੀਟਲਸ ਦੇ ਵਿੱਚ ਤਮਾਮ ਜਿਹੜੇ ਡਾਕਟਰ ਸਾਹਿਬਾਨ ਨੇ ਉਹ ਕਿਵੇਂ ਤਿਆਰ ਬੈਠੇ ਨੇ ਤਾਂ ਕਿ ਅਸੀਂ ਉਹਨੂੰ ਓਵਰਕਮ ਕਰ ਸਕੀਏ ਬਹੁਤ ਸ਼ੁਕਰੀਆ ਡਾਕਟਰ ਸਾਹਿਬ ਤੁਸੀਂ ਤਸ਼ੀਫ ਲਿਆਏ ਔਰ ਮੈਂ ਮੁਬਾਰਕਬਾਦ ਪੇਸ਼ ਕਰਾਂਗਾ ਕਿ ਇਸ ਹਾਲ ਯੂਮਨਸ ਦਾਦੇ ਡੇਂਗੀ ਦੇ ਹਵਾਲੇ ਨਾਲ ਕੌਮ ਨੂੰ ਉਠਾਉਣ ਵਾਸਤੇ ਉਹਨਾਂ ਨੂੰ ਆਪਣਾ ਰੋਲ ਪਲੇ ਕਰਨ ਵਾਸਤੇ ਤੁਸੀਂ ਨਾਲ ਲੈ ਕੇ ਚੱਲ ਰਹੇ ਹੋ ਜੀ ਮਹਲ ਸਭ ਬਹੁਤ شکریہ سب ਤੋਂ ਪਹਿਲਾਂ ਤਾਂ ਮੈਂ ਤੁਹਾਡਾ اور ਪੰਜਾਬ ਟੀਵੀ ਦਾ ਸ਼ੁਕਰਗੁਜ਼ਾਰ ਹਾਂ ਕਿਉਂਕਿ ਅੱਜ ਜ्यों ਮੈਂ ਸਦਾ ਦੇ ਡੇਂਗੀ ਦੇ حوالے ਨਾਲ ਐਂਟੀ ਡੇਂਗੀ ਡੇ ਦੇ حوالے ਨਾਲ ਇਹ ਅਹਿਮ ਪ੍ਰੋਗਰਾਮ ਦੀ ਤਰਤੀਬ ਦਿੱਤਾ ਹੈ ਸੱਚੀ ਗੱਲ ਹੈ ਜਿਹੜਾ ਤੁਸੀਂ ਜ਼ਿਕਰ ਕੀਤਾ ਪਿਛਲੇ ਸਾਲ ਦਾ ਪਿਛਲੇ ਸਾਲ ਜਦੋਂ ਡੇਂਗੀ ਦੀ ਵਬਾਹਤ ਆਈ ਹੈ ਪਾਕਿਸਤਾਨ ਵਿੱਚ ਤੋਂ ਇਸ ਤਰ੍ਹਾਂ ਕਿ ਅਸੀਂ ਅਚਾਨਕ ਇਸ ਵਾਰ ਦੇ ਕਾਬੂ ਆਏ ਹਾਂ ਅਸੀਂ ਇਹਦੇ ਵਾਸਤੇ ਬਿਲਕੁਲ ਤਿਆਰ ਨਹੀਂ ਸਾਂ ਮੈਂ ਬਿਲਕੁਲ ਇਹ ਐਡਮਿਟ ਕਰਨਾ ਇਤਰਾਫ ਕਰਨਾ ਸਾਡੀਆਂ ਤਿਆਰੀਆਂ ਕੋਈ ਨਹੀਂ ਸਨ ਅਸੀਂ ਜਿਸ ਤਰ੍ਹਾਂ ਹੁੰਦਾ ਕਿ ਲਾਇਲਮੀ ਵਿੱਚ ਸਾਨੂੰ ਇਸ ਵਾਰ ਨੇ ਆ ਕੇ ਰਿਆ ਅੱਛਾ ਡਾਕਟਰ ਸਾਹਿਬ ਬਜਾਏ ਦੇ ਕਿ ਅਸੀਂ ਅੱਗੇ ਚੱਲੀਏ ਮੈਂ ਛੋਟੀ ਜਿਹੀ ਗੱਲ ਪੁੱਛਣਾ ਵਾ ਜਨਾਬ ਦੇ ਵਿੱਚ ਡਿਪਾਰਟਮੈਂਟ ਦੇ ਵਿੱਚ ਹੈਲਥ ਡਿਪਾਰਟਮੈਂਟ ਦੀ ਗੱਲ ਕਰੀਏ ਤੇ ਬਕਾਇਦਾ ਤੌਰ ਤੇ ਹਰ ਸਾਲ ਇਨੀਆਂ ਦਵਾਈਆਂ ਪਰਚੇਸ ਕੀਤੀਆਂ ਜਾਂਦੀਆਂ ਨੇ ਐਗਜ਼ੀਕਿਊਟ ਵੀ ਹੁੰਦੀਆਂ ਨੇ ਉਹ ਕਿੱਥੇ ਸਾਰਾ ਕੁਝ ਅਸੀਂ ਸੁੱਟਦੇ ਕਰਦੇ ਰਹੇ ਕੋਈ ਇੰਟਮਾਲੋਜੀਸ ਡਿਪਾਰਟਮੈਂਟ ਵੀ ਮੌਜੂਦ ਨਹੀਂ ਦੇਖੋ ਗੁਜ਼ਾਰਸ਼ ਹੈ ਵੈਸੇ ਮਤਲਬ ਮੈਂ ਜਨਾਬ ਨੂੰ ਪੁੱਛ ਰਿਹਾ ਮੈਂ ਮੈਂ ਦੱਸਣਗਾ ਇਹ ਕਿਉਂਕਿ ਸਾਡੇ ਵਾਸਤੇ ਇੱਕ ਨਵੀਂ ਚੀਜ਼ ਸੀ ਹਮ ਇਨਸਾਨ ਅਪੀ ਗਲਤੀਆਂ ਤੋਂ ਸਿੱਖਦਾ ਹੈ ਗਲਤੀਆਂ ਸਭ ਤਮਾਮ ਲੋਕ ਕਰਦੇ ਨੇ ਹਮ ਗਲਤੀ ਤੇ ਵੇਖੋ ਨਾ ਇੱਕ ਇਨਸਾਨ ਹੋਣ ਦੇ ਨਾਤੇ ਸਾਡੀ ਫਿਤਰਤ ਵਿੱਚ ਲੇਕਿਨ ਅਸਲ ਜਿਹੜੀ ਗੱਲ ਹੋਵੇ ਕਿ ਕਿਆ ਅਸਾਂ ਗਲਤੀਆਂ ਤੋਂ ਸਬਕ ਸਿੱਖਿਆ ਕਿ ਨਹੀਂ ਅਸਲ ਜਿਹੜੀ ਅਹਿਮ ਚੀਜ਼ ਹੈ ਉਹ ਹੋਵੇ ਗਲਤੀਆਂ ਅਸਾਂ ਕੀਤੀਆਂ ਸਾਡੀਆਂ ਕਮਜ਼ੋਰੀਆਂ ਐਸਨ ਪਿਛਲੀ ਵਾਰੀ ਜਿਹੜੀ ਜਿਹੜੀ ਇਹ ਵਬਾ ਆਈ ਏ ਜਿਸ ਤਰ੍ਹਾਂ ਦਾ ਐਪੀਡੈਮਿਕ ਸੀ ਇਹਦੀ ਮਿਸਾਲ ਦੁਨੀਆ 'ਚ ਨਹੀਂ ਮਿਲਦੀ ਬਿਲਕੁਲ ਠੀਕ ਹਜ਼ਾਰ ਹਾਕੇਸਿਸ ਰੋਜ਼ਾਨਾ ਤੁਹਾਨੂੰ ਪਤਾ ਹੈ ਸਾਡੇ ਸਪਾਲਾਂ ਦੇ ਵਿੱਚ ਬੜਾ ਬੁਰਾ ਹਾਲ ਸੀ